ਜਬ ਆਪਣਾ ਆਪ ਆਪੋ ਧਾਰੇ ਤੋ ਸਕਣਾ ਬਸਰਨ ਦਾ ਵਿਚਾਰ ਹੈ ਜੇ ਆਪਣੋ ਚ ਆਪਣਾ ਬਨੇਰਾ ਤੈ ਕੌਣ ਰਾਵਲ ਕਰਨਾਏ ਜੇ ਰਾਮ ਸੁਮਰਤ ਮਰੇ ਬਿਸਮਾ ਨਾਮ ਕਬ ਨਿੰਦਰ ਜਾਨੋ ਆਪ ਜੈ ਸ਼ਾਂਤ ਸ਼ੀਰ ਭੀਰ ਸਮਾਇਆ ਉਹਨਾਂ ਕਿਸੇ ਵਿਆਪ ਮਾਇਆ ਉਸ ਤੋਂ ਆਪੇ ਆਦੇਸ਼ ਤੇ ਮੁਨਤਾ ਨਹੀਂ ਪ੍ਰਵੇਸ਼ ਜੈ ਕੇ ਕੇ ਭਗਵੰਤ ਦਾ ਤੈ ਕੌਣ ਅਚਿੰਤ ਕਿਸਲਾ ਕੇ ਚਿੰਤਾ ਜੈ ਆਪਣਾ ਆਪ ਪ੍ਰਤਿਆਰਾ ਕੌਣ ਕਥੈ ਕੌਣ ਸੁਣੇ ਹਾਰਾ ਬਹੁ ਬਿਅੰਕੁਰ ਤੇ ਉੱਚਾ ਨਾਨਕ ਆਪਸ ਤੋਂ ਆਪੇ ਬਹੁਚਾ ਜੈ ਆਪ ਰੱਖੋ ਪ੍ਰਪੰਚ ਕਾਲ ਦੇ ਬੁਰਕੇ ਬਿਨੋ ਵਿਸਥਾਰ ਪਾਪ ਫੁਰਨ ਤੇ ਭਈ ਕਹਾਵਤ ਕੋ ਨਰਕ ਕੋ ਸੁਰਗ ਵਿਛਾਵਤ ਆਲ ਜਾਲ ਮਾਇਆ ਜੰਜਾਲ ਹਮੇ ਮੋਹ ਭਰਮ ਕੈ ਭਾਰ ਦੁਖ ਸੁਖ ਮਾਨ ਅਪਮਾਨ ਅਨੁਪੰਕਾਰ ਕਿਉਂ ਦੁਖਿਆ ਗਾ ਪੁਨਖੇ ਲਾਭ ਕਰ ਦੇਖੈ ਖੇਲ ਸੰਕੋਚਿਤ ਨਾਨਕੇ ਕਹਿ ਜੈ ਅਵਗਤ ਭਗਤ ਤੈ ਆਪ ਜੈ ਪਸਰੈ ਪਸਾਰ ਸੰਤ ਪ੍ਰਤਾਪ ਦੂਰ ਬਾਤ ਕਾ ਭੇਦ ਨਹੀਂ ਉਨਕੀ ਸੋਭਾ ਉਨੂੰ ਬਨੀ ਆਪੈ ਕੌਧ ਕਰੇ ਅੰਮ੍ਰਿਤ ਜੋ ਜਾ ਆਪੇ ਰਸ ਭੋਗ ਨਿਰਜੋਗ ਜਿਸ ਭਾਵੈ ਤਿਸ ਆਪਣਾ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸਮਾਰ ਥਾਰਤੰਤ ਤੋਲੈ ਜਿਉਂ ਬੁਲਾਵ ਤਿਉਂ ਨਾਨਕ ਦਾਸ ਬੋਲੈ ਸਲੋਕਾ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥਿਆ ਸੁਣੇ ਹਾਰ ਆਪੇ ਗਾ ਵਿਸਥਾਰ ਜਾ ਜਿਸ ਘਰ ਦਸਿਸ਼ੂ ਪਾਏ ਆਪਣੇ ਭਣ ਲਏ ਸਮਾਏ ਸਤ ਗੁਰੂ ਮੈਂ ਪਾਇਆ ਸਤਗੁਰ ਦਾ ਪਾਇਆ ਸਹਿ ਸਿੱਧੀ ਮਨ ਵਧੀਆਂ ਵਧਾਈਆਂ ਰਾਤ ਪਰਵਾਰ ਭਰੀਆਂ ਸ਼ਬਦ ਗਾਉਣ ਹਨ ਸ਼ਬਦੋ ਕਰ ਗਾਉ ਭਈ ਤੇਰਾ ਮਨ ਵਸਾਇਆ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਲੋਕ ਨਾਮੇ ਨਾਲ ਤੂੰ ਮਨ ਮੇਰੀ ਦੂਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸਵਾਮੀ ਸੁਖ ਬਣਾਓ ਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹੋ ਨਾਲੇ ਸੱਚੇ ਸਾਡੀ ਬਾਤ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸਦੇ ਸੁਪਾਵੇ ਸਦਾ ਸਿਫਤ ਸਦਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਤਵੇਰੇ ਕਹਿ ਨਾਮ ਸੱਚੇ ਸਾਡੇ ਬਾਤ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਹਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਇ ਵਸਿਆ ਜਨਿਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਨੂੰ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
ਵਾਜੇ ਮਨ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਨ ਕਰ ਧਾਰਿਆ। ਪੰਜ ਦੋ ਤੁਰ ਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕੋ ਸਿਨਾ ਮਾਰ ਕੇ ਲਾਗੇ, ਕਹਿ ਨਾਨਕ ਕਹਿ ਸੁਖ ਹੋਆ ਘਰ ਅਨਹਦ ਵਾਜੇ, ਅਨਹਦ ਸੁਣੋ ਵੱਡ ਭਾਗੀ ਹੋ ਸਗਲ ਮਨੋਰੰਗ ਆਰ ਬ੍ਰਹਮ ਪ੍ਰਭ ਪਾਇਆ। ਰੋਗ ਸੰਤਾਪ ਸੁਣੀ ਸਚੀ ਸੰਸਾਜਨ ਭਏ ਸਰਸੀ ਪੂਰੇ, ਸੁਣਦੇ ਪ੍ਰੀਤ ਕਹਦੇ ਪਵਿੱਤਰ ਸਭ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਵਾਲੇ ਸਵਾਲੇ ਅਨਹਦ ਪੂਰ, ਸੁਣਦੇ ਪ੍ਰੀਤ ਕਹਦੇ ਪਵਿੱਤਰ ਸਤਿਗੁਰ ਰਹਿਆ ਭਰ, ਬਿਨਵੰਤ ਨਾਨਕ ਗੁਰ ਵਾਜੇ ਅਨਹਦ ਪੂਰੇ। ਸੁਣੋ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਹਿਰਦੈ ਸਗਲ ਜਗਤ ਜਗਿਆ ਜਾਵੇ, ਵਾਚੈ ਧਰਮ ਅਧੂਰ ਕਰਮੀ ਆਪੋ ਆਪਣੀ, ਕੇ ਨੇੜੇ ਕੇ ਇਨੀ ਨਾਮ ਧਿਆਇਆ ਦੇ, ਆਨਕ ਦੇ ਮੁਖ ਉਜਰੇ ਕੇਤੀ ਛੁੱਟੀ ਨਾਮ ਧਿਆਇਆ, ਨਾਨਕ ਤੇ ਮੁਖ ਉਜਰੇ ਛੁੱਟੀ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਬਾਲਕ ਤੇ ਹੋਏ ਨਜਾਨੇ ਸਮਰਾ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੇ ਜੀ ਤੁਮਰੀ ਗਤ ਮਿਤ ਤੁਮਰੀ ਗਤ ਮਿਤ ਤੁਮਰੀ ਵਾਹਿਗੁਰੂ 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 ਸਾਹਿਬ ਜੀ ਤਿੰਨੇ ਦਾ ਧੰਨਵਾਦ ਕਰਾਂ। ਦੁੱਖ ਹੰਤਾ ਸੁਖ ਰਾਸ ਤਾਂ ਕੋ ਵਿਘਨ ਨਾ ਕੋ ਲਾਗੈ, ਜਾਂ ਕੀ ਪ੍ਰਭਾਤੀ ਅਰਦਾਸ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਧਿਆਏ ਫਿਰ ਗੁਰ ਅਮਰਦਾਸ,
ਰਾਮਦਾਸ ਜੀ ਹਮ ਸਹਾਈ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਜਾਵੇ ਧਾਈਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਰਬੰਸ ਦਾਨੀ ਗੁਰੂ ਕਲਗੀਧਰ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਮੰਤਰੀ ਵਾਦੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉਹ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਦਰਸ਼ਨ ਗਦਾਰ ਜੀ ਦਾ ਧਿਆਨ ਧਰ ਬੋਲੋ ਜੀ ਪੰਜਾਬ ਦੇ ਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਆਪ ਜੀਆਂ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਦੇਵ ਵਾਹੀ ਦੇਵ ਸੁਣ ਕੇ ਅੰਮ੍ਰਿਤ ਪੀਤਾ ਦਰਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਹਰ ਗੁਰੂ ਜੀ ਜਿਨ੍ਹਾਂ ਸਿੰਘਾਂ ਸਿੱਖਣੀਆਂ ਨੇ ਧਰਮ ਦੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਦਾ ਨਾਰਿਆਂ ਨਾਲ ਚਰਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਤੇ ਸਵਾਸਾਂ ਸੰਗ ਨਿਭਾਇਆ ਤਿੰਨਾਂ ਪ੍ਰਾਤਨ ਦੇ ਵਰਤਮਾਨ ਦੇ ਸਮੂਹ ਸਿੰਘਾਂ ਸ਼ਹੀਦਾਂ ਪਾਵਨ ਗੁਰਦੁਆਰੇ ਗੁਰਧਾਮਾਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਪੰਜਾਬ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਕਾ ਜੈ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਬੰਦ ਕਰ ਆਖਾ ਵਾਹਿਗੁਰੂ ਆਪ ਜੀਓ ਹੇ ਅਕਾਲ ਪੁਰਖ ਜੀ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਤਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਦਾਨ ਸਤਿਗੁਰੂ ਦੇ ਉਹਦਿਆਂ ਦੀ ਓਰ ਸਾਰੇ ਪਾਤਸ਼ਾਹ ਤਾਨੇ ਅੰਤਰਜਾਮੀ ਕਿਰਪਾਲੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰਤਾ ਗੱਦੀ ਤਖ਼ਤ ਦੇ ਵਿਰਾਜਮਾਨ ਹਲਤ ਪਲਤ ਕੇ ਰਾਖੇ ਚਵਰ ਸ਼ਕਰ ਤਖ਼ਤ ਦੇ ਮਾਲਕ ਜੁਗੋ ਜੁਗ ਅਕਾਲ ਦਸਮ ਪਾਤਸ਼ਾਹੀਆਂ ਦੀ ਆਤਮਕ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਅਕਾਲ ਪੁਰਖ ਜੀ ਪਾਵਨ ਪਵਿੱਤਰ ਚਰਨ ਕਮਲਾ ਪਾਸ ਅਰਦਾਸ ਬੇਨਤੀ ਜੋ ਲਿਖੈ ਸੁਣ ਸਵਾਮੀ ਅਰਦਾਸ ਜਨ ਤੁਮ ਅੰਤਰ ਜਾਮੀ ਨਾਨਕ ਸਵਾਮੀ ਅਨੁਸਾਰ ਦੀਨ ਦਲ ਪੁਰਖ ਭੰਜਨਾ ਘਰ ਘਰ ਨਾਥ ਨਾਥ ਸਰਬ ਤੁਮਾਰੀ ਆਯੋ ਨਾਨਕ ਸਾਧ ਦੇ ਮਹਾਂਵਾਰਤਾ ਅਨੁਸਾਰ ਮਹਾਰਾਜ ਜੀ ਆਪ ਜੀ ਦੇ ਦਾਲ ਘਰ ਦੇ ਸੇਵਕ ਬੱਚੀ ਵੀਰਪਾਲ ਕੌਰ ਸਪੁੱਤਰੀ ਚਰਨਜੀਤ ਸਿੰਘ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ ਬੱਚੀ ਵੀਰਪਾਲ ਕੌਰ ਨੂੰ ਸਿਹਤ ਜਾਰੀ ਬਖਸ਼ਿਸ਼ ਕੀਤੀ ਹੈ ਮਹਾਰਾਜ ਸੇਵਕ ਪਰਿਵਾਰ ਵੱਲੋਂ ਰਲ ਮਿਲ ਕੇ ਆਪ ਜੀ ਦੇ ਚਰਨਾਂ ਦਾ ਸ਼ੁਕਰਾਨਾ ਕਰਦੇ ਹਾਂ ਲਹਿ ਵਿਖੇ ਮਹਾਰਾਜ ਸੇਵਕ ਪਰਿਵਾਰ ਨੇ ਆਪ ਜੀ ਦੇ ਪਾਵਨ ਚਰਨਾਂ ਨੂੰ ਤਰਸਿਆ ਤੁਰਕੀ ਬਾਣੀ ਆਈ ਸਗਲੀ ਚਿੰਤ ਮਟਾਈ ਦੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਮਹਾਰਾਜ ਜੀ ਉਹ ਬਾਣੀ ਪੜ੍ਹਦਿਆਂ ਅੱਖਰ ਵਾਧਾ ਘਾਟਾ ਭੁੱਲ ਜੁਗ ਦੀ ਸੇਵਾ ਕਰਨੀ ਅੱਗੇ ਤੋਂ ਸਮਾਜ ਪੁਰਸ਼ ਸੁੱਧ ਬਾਣੀ ਦੇ ਅੱਗੇ ਤੋਂ ਯਾਦ ਕਰਨ ਦੀ ਮਨ ਬਖਸ਼ਦੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਮਹਾਰਾਜ
ਕਿਰਪਾ ਕਰਨੀ ਇਸੇ ਤਰ੍ਹਾਂ ਸੇਵਕ ਪਰਿਵਾਰ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ। ਬੱਚੀ ਵੀਰਪਾਲ ਕੌਰ ਦੇ ਸਿਰ ਤੇ ਬੇਹਦ ਬੜੇ ਹੱਥ ਰੱਖਣੇ, ਲੰਮੀ ਆਦਿ ਨੂੰ ਬਖਸ਼ਿਸ਼ ਕਰਨੀ। ਸੰਸਾਰਿਕ ਅਤੇ ਪਰਮਾਰਥਿਕ ਵਿਦਿਆ ਵਿੱਚ ਮਹਾਰਾਜ ਜੀ ਉਹ ਆਪ ਜੀ ਦੀ ਬੱਚੀ ਨੂੰ ਨਿਪੁੰਨ ਬਣਾਉਣਾ, ਮਾਤਾ ਪਿਤਾ ਦਾ ਆਗਿਆ ਕਰੇ ਬਣਾਉਣਾ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ। ਘਰ ਦੇ ਵਿੱਚੋਂ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ ਮਹਾਰਾਜ ਜੀ। ਭਜਨ ਬਾਣੀ ਦਾ ਪ੍ਰਕਾਸ਼ ਕਰਨਾ, ਚਰਨ ਕਮਲਾਂ ਦਾ ਪ੍ਰੇਮ, ਆਪਸ ਵਿੱਚ ਮੁਹੱਬਤ ਪਿਆਰ, ਸਰੂਪ ਉਪਾਦ ਏਕਤਾ ਦੀ ਦਾਤ ਬਖਸ਼ਿਸ਼ ਕਰਨੀ। ਸਹਿ ਪਾਤਸ਼ਾਹ ਮਹਾਰਾਜ ਸੇਵਕ ਪਰਿਵਾਰ ਵੱਲੋਂ ਸੁੰਦਰ ਰੁਮਾਲਿਆਂ ਵਾਸਤੇ ਬੇਅੰਤ ਭੇਟਾਵਾਂ ਆਦਿ ਪੰਕਤੀਆਂ ਨੇ ਪਰਿਵਾਰ ਨੇ ਆਪ ਜੀ ਦੀ ਕਿਰਪਾ ਕਰਨੀ। ਸੇਵਕਾਂ ਦੇ ਲੋਕ ਅਤੇ ਪਰਲੋਕ ਵਿੱਚ ਪੜਦੇ ਆਪ ਜੀ ਨੇ ਪੜ ਰਹੇ ਨੇ, ਅੰਗ ਸੰਗ ਸਹਾਈ ਹੋਣਾ, ਬਖਸ਼ੀਆਂ ਰਸਤਾ ਵਰਸਾਂ ਵਿੱਚੋਂ ਪਾਵਨ ਪਵਿੱਤਰ ਕੜਾ ਪ੍ਰਸ਼ਾਦ ਦੀਆਂ ਦੇਗਾਂ ਜਲ ਪਾਣੀ ਦੇ ਲੰਗਰ ਛੱਡ ਕੇ ਹਾਜ਼ਰ ਨੇ, ਦਰ ਤੇ ਪ੍ਰਵਾਨ ਹੋਣ, ਪ੍ਰਵਾਨ ਹੋਇਆ ਪ੍ਰਸ਼ਾਦ ਮਹਾਰਾਜ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਨਿਤਾਰ ਪਾਤਸ਼ਾਹ ਜੀਓ ਦਾਰਾਂ ਸੰਗਤਾਂ ਦੀ ਹਾਜ਼ਰੀ ਦਿਲ ਤੋਂ ਭੇਟਾ ਪ੍ਰਵਾਨ ਕਰਦੇ ਹੋਏ ਪਵਿੱਤਰ ਹੁਕਮਨਾਮੇ ਸੁਣਾ ਕੇ ਆਈਆਂ ਸੰਗਤਾਂ ਨੂੰ ਸਹਿਬ ਜੀਓ ਕਿਰਤਾਰਥ ਕਰੋ। ਸਿੱਖ ਪੜ੍ਹਦੇ ਸਮਝੇ ਸਰਬੱਤ ਲਾਹੇ ਮਨ ਹੋਵਨ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਇਹਦੇ ਪਾਣੀ। ਦੋਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ, ਰਾਜ ਕਰੇਗਾ ਖਾਲਸਾ ਆਕੀ, ਖੁਆਰ ਹੋਏ ਸਭ ਮਿਲੇਂਗੇ ਬਚੇ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸਉਤਰੇ, ਜੋ ਸ਼ਰਧਾ ਕਰ ਸੇਵਦੇ ਜੋ ਸ਼ਰਧਾ ਕਰ ਸੇਵਦੇ ਗੁਰ ਪਾਰਿਓ ਤਾਰਨ, ਬੋਲੇ ਸੋਨਿਆਲ ਸਤਿ ਸ੍ਰੀ ਵਾਹਿਗੁਰੂ। ਗਾਇਓ ਤੁਹਾਰੋ ਦੁਆਰ, ਬਾਜੀ ਗਹੀ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ, ਦੀਨ ਦਰਦ ਜਵਾਰ ਠਾਕੁਰ, ਰੱਖੇ ਜਨ ਕੀ ਆਪ, ਤਰਨ ਤਾਰਨ ਹਰ ਜਗ, ਦੁਖ ਨਾ ਸਕੇ ਬਿਆ ਕੋ, ਸੁਖੋ ਤੰਦ ਗੁਰ ਸੇਵੀਐ, ਐਨਸ ਸਹਿਜ ਸੁਭਾਏ, ਦਰਸ਼ਨ ਕਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ,
ਨਾਮ ਕਰੀ ਮਹੱਲਾ ਪਹਿਲਾ ਸਰਬ ਜੋਤ ਤੇਰੀ ਫਸਲ ਰਹੀ ਜਹ ਜਹ ਦੇਖਾ ਤਹ ਨਰ ਹਰੀ ਸਰਬ ਜੋਤ ਤੇਰੀ ਫਸਲ ਰਹੀ ਜਹ ਜਹ ਦੇਖਾ ਤਹ ਨਰ ਹਰੀ ਜੀਵਨ ਤਰਬ ਨਿਵਾਰ ਸਵਾਮੀ ਅੰਧ ਖੂਬ ਮਾਇਆ ਮਨ ਗਾਡਿਆ ਜਿਉ ਕਰ ਉਤਰੋ ਪਾਰ ਸਵਾਮੀ ਰਹਾਉ ਜੈ ਭੀਤਰ ਕਟ ਭੀਤਰ ਵਸਿਆ ਬਾਹਰ ਕਾਏ ਨਾਹੀ ਜਿਨਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜੇ ਆਪੇ ਦੂਰ ਆਪੇ ਸਰਬ ਰਹਿਆ ਭਰਪੂਰ ਸਤਗੁਰ ਮਿਲੈ ਅੰਧੇਰਾ ਜਾਏ ਜੈ ਦੇਖਾ ਤਹ ਰਹਿਆ ਸਮਾਏ ਅੰਤਰ ਸਹਸਾ ਬਾਹਰ ਮਾਇਆ ਨੈਣੀ ਲਾਸ ਬਾਣੀ ਰਣਵਤ ਨਾਨਕ ਦਾਸਨ ਦਾਸਾ ਪ੍ਰਤਾਪੇ ਦਾ ਪ੍ਰਾਣੀ ਅੰਤਰ ਸਹਸਾ ਬਾਹਰ ਮਾਇਆ ਨੈਣੀ ਲਾਲ ਸਬਾਣੀ ਪ੍ਰਣਵਤ ਨਾਨਕ ਦਾਸਨ ਦਾਸਾ ਪ੍ਰਤਾਪੇ ਦਾ ਪ੍ਰਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਤਿਕਾਰ ਕਰੋ ਸਾਹਿਬ ਜੀ ਦੇ ਸਾਥੀ ਨਿਵਾਸ ਜੀ ਗੁਰੂ ਗੋਬਿੰਦ ਸਾਹਿਬ ਸਿੰਘ ਜੀ ਸਾਨੂੰ ਸਤਿਕਾਰ ਧੰਨਤਾ ਦੀ ਜੋ ਦੁਰਭਾਗਿਆ ਜੋ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਅੰਦਰ ਜੁੜ ਕੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ ਮਹਾਰਾਜ ਜੀ ਦੇ ਦਰ ਕਰਦੇ ਪ੍ਰੀਤਵਾਨ ਚਰਨਜੀਤ ਸਿੰਘ ਉਹਨਾਂ ਨੇ ਆਪਣੀ ਬੇਟੀ ਦੀ ਸਿਹਤ ਦੀ ਤੰਦਰੁਸਤੀ ਵਾਸਤੇ ਕਿਸੇ ਸਮੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਸੋ ਮਹਾਰਾਜ ਜੀ ਨੇ ਬੱਚੀ ਨੂੰ ਸਿਹਤ ਦੀ ਤੰਦਰੁਸਤੀ ਬਖਸ਼ਿਸ਼ ਕੀਤੀ ਹੈ ਉਹਦੇ ਅੱਜ ਸ਼ੁਕਰਾਨੇ ਵਜੋਂ ਸੇਵਕ ਪਰਿਵਾਰ ਨੇ ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਨੂੰ ਆਪ ਸੰਗਤ ਦੇ ਚਰਨਾਂ ਨੂੰ ਖਾਸ ਪ੍ਰਸੰਨਾ ਕੀਤਾ ਹੈ ਸੋ ਮਾਲਕ ਜੀ ਦਾ ਵਚਨ ਹੈ ਕਿ ਸਾਡੇ ਦੁੱਖਾਂ ਨੂੰ ਸਾਡੇ ਸੁੱਖਾਂ ਨੂੰ ਉਹ ਦਾਤਾ ਸੁਣਨ ਵਾਲਾ ਹੈ ਭਾਈ ਇਹ ਅਸੀਂ ਸੁੱਖ ਪਰਮਾਤਮਾ ਦੇ ਪਾਸ ਲਏ ਹਨ ਉਹ ਪਰਮਾਤਮਾ ਨੇ ਸੁੱਖ ਦਿੱਤੇ ਹਨ ਅਤੇ ਜੇ ਕਿਤੇ ਜੀਵਨ ਦੇ ਵਿੱਚ ਦੁੱਖ ਵੀ ਆ ਜਾਂਦਾ ਹੈ ਅਤੇ ਦੁੱਖਾਂ ਨੂੰ ਵੀ ਸਾਧ ਸੰਗਤ ਤੋਂ ਦਾਤਾ ਦੇਣ ਵਾਲਾ ਹੈ ਦੁੱਖ ਅਤੇ ਸੁੱਖ ਉਹਦੇ ਬਣਾਏ ਹੋਏ ਹਨ ਜੇ ਦੁੱਖ ਦੇ ਵਿੱਚ ਸਾਧ ਸੰਗਤ ਸੁੱਖ ਦੇ ਵਿੱਚ ਅਸੀਂ ਉਹਨੂੰ ਯਾਦ ਕਰਨਾ ਹੈ
ਸਹਿਮੀਆਂ ਜੋ ਦੁੱਖ ਦੇ ਵਿੱਚ ਵੀ ਯਾਦ ਕਰਨ ਲੱਗੀ। ਦੁੱਖ ਵਿਸੈ ਮੈਂ ਆਖੀਐ ਸੁਖ ਵਿਸੈ ਹੀ ਪਾਸ। ਕਹਿੰਦੇ ਦੁੱਖ ਵੀ ਉਹਨੂੰ ਆਖਣੇ ਜਿਹਦੇ ਕੋਲ ਸੁੱਖ ਹਨ, ਉਹ ਦਾਤਾ ਸੁੱਖਾਂ ਦਾ ਦਾਤਾ ਹੈ। ਤੇਰੇ ਜੀਵਨ ਦੇ ਵਿੱਚ ਸੁੱਖ ਆਉਣਗੇ, ਦੁੱਖ ਵੀ ਆਉਣਗੇ, ਪਰ ਤੂੰ ਉਸ ਕਰਤੇ ਨੂੰ ਯਾਦ ਰੱਖੀ ਮਹਾਰਾਜ ਕਹਿੰਦੇ, ਦੁੱਖ ਚਲੇ ਜਾਣਗੇ ਤੇ ਸਾਧ ਸੰਗਤ ਸੁੱਖ ਘਰ ਦੇ ਵਿੱਚ ਵਸਿਆ ਰਹੇਗਾ। ਸਤਿਗੁਰ ਦਿੱਤਾ ਬੰਨਾ ਦੁੱਖ ਰੋਗ ਘਟੇਗਾ ਧੰਨਾ। ਅਨੰਤ ਕਹੇ ਨਾਰੀ ਹਰ ਹਰ ਵਰ ਕਿਰਪਾ ਧਾਰੀ। ਜਦੋਂ ਉਹ ਪਰਮਾਤਮਾ ਵਾਹਿਗੁਰੂ ਨੇ ਕਿਰਪਾ ਕਰਨੀ ਹੈ ਇਹਦੇ ਦੁੱਖਾਂ ਦੇ ਮੇਰੇ ਮਹਾਰਾਜ ਕਹਿੰਦੇ ਨੇ, ਜਿਹੜੇ ਪੱਕੇ ਪਏ ਨੇ ਨਾ ਦੁੱਖ ਘਰ ਦੇ ਵਿੱਚ, ਦੁੱਖਾਂ ਕਲੇਸ਼ਾਂ ਦਾ ਵਿਘਨਾਂ ਦਾ ਸਾਥ ਸੰਗਤ ਇਹ ਡੇਰਾ ਬਣਿਆ ਹੋਇਆ ਹੈ, ਗੁਰੂ ਦੀ ਸ਼ਰਨ ਵਿੱਚ ਆ ਕੇ ਜੋ ਜੋ ਬੇਨਤੀ ਕਰੇਗਾ, ਗੁਰੂ ਦੇ ਚਰਨਾਂ ਨਾਲ ਜੁੜੇਗਾ। ਮਹਾਰਾਜ ਕਹਿੰਦੇ ਨੇ ਫਿਰ ਉਹ ਗੁਰੂ ਤੇਰੇ ਦੁੱਖਾਂ ਦਾ ਡੇਰਾ ਇਹ ਭਾਈ ਭੰਨ ਦੇਵੇਗਾ, ਦੁੱਖ ਰੋਗ ਦਾ ਡੇਰਾ ਭੰਨਾ ਤੇ ਫਿਰ ਅਨੰਤ ਹੀ ਅਨੰਤ ਜੀਵਨ ਦੇ ਵਿੱਚ ਵਰਤੇਗਾ। ਸੁਖਮੀਆਂ ਸੰਗਤਾਂ ਪਰਿਵਾਰ ਮੁਕਰਿਆ ਵਿੱਚ ਪਹੁੰਚੀਆਂ ਨੇ, ਪਰਿਵਾਰ ਵਾਲਾ ਸਭਨਾਂ ਨੂੰ ਜੀਵ ਆਇਆ ਪ੍ਰਕਾਸ਼ ਪ੍ਰਕਾਸ਼ ਸੁਖਰਾਸਾ ਦੇ ਸਹਿਜ ਸਤਿ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਨੇ ਅਪਾਰ ਰਹਿਮਤ ਬਖਸ਼ਿਸ਼ ਕਰਕੇ ਮੁਬਾਰਕ ਚਰਨ ਆਸਣ ਦਾ ਸਮਾਂ ਸਾਧੂ ਜੀ ਨੂੰ ਬਖਸ਼ਿਆ ਹੈ। ਕੋਈ ਭੁੱਲ ਦੀ ਕਿਰਪਾ ਕਰਾ ਸਾਡੀ ਦੇਖ ਵਰਤੇ ਵੀ ਭਾਈ ਸੋ ਜਨਮਾਂ ਦੀ ਲੰਗਰ ਤਿਆਰ ਸਾਰੀਆਂ ਸੰਗਤਾਂ ਨੇ ਛੱਕ ਜਾਣ ਦੀ ਕਿਰਪਾਲਤਾ ਕਰਨੀ। ਕੋਈ ਭੁੱਲ ਦੀ ਕਿਰਪਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ
ਲੈ ਕੇ ਚੱਲ।